नई और ताजा खबरें देखने के लिए हमारे चैनल को सब्सक्राइब करें और बेल बटन को दबाएं। ਵੈੱਬ ਟੀਵੀ ਚੈਨਲ ਕਾਨੂੰਨੀ ਸ਼ਿਕੰਜਾ ਦੀ ਟੀਮ ਅੱਜ ਪਹੁੰਚੀ ਹੈ ਸ਼੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਵਿਖੇ। ਇੱਕ ਪਾਸੇ ਤਾਂ ਅੰਮ੍ਰਿਤਸਰ ਸ਼ਹਿਰ ਨੂੰ ਸਰਕਾਰ ਵੱਲੋਂ ਮੈਟਰੋ ਬੱਸਾਂ ਦੇ ਕੇ ਸਮਾਰਟ ਸਿਟੀ ਬਣਾਉਣ ਦਾ ਯਤਨ ਕੀਤਾ ਜਾ ਰਿਹਾ, ਤੁਸੀਂ ਦੇਖ ਸਕਦੇ ਹੋ ਮੈਟਰੋ ਬੱਸ ਆਈ ਹੈ ਜਿਹਦੇ ਵਿੱਚ ਸਵਾਰੀਆਂ ਧੜਾਧੜ ਚੜ੍ਹ ਰਹੀਆਂ ਨੇ, ਪਰ ਇਸ ਮੈਟਰੋ ਬੱਸ ਸਟੈਂਡ ਦੇ ਨਾਲ ਹੀ ਖੁੰਜੇ ਵਿੱਚ ਅਸੀਂ ਤੁਹਾਨੂੰ ਕੁਝ ਹੋਰ ਵੀ ਦਿਖਾਉਣਾ ਚਾਹੁੰਦੇ ਹਾਂ ਜੋ ਤੁਸੀਂ ਦੇਖ ਕੇ ਹੈਰਾਨ ਰਹਿ ਜਾਵੋਗੇ। ਸਮਾਰਟ ਸਿਟੀ ਬਣਾਉਣ ਜਾ ਰਹੇ ਹਾਂ ਆਪਾਂ ਅੰਮ੍ਰਿਤਸਰ ਸਾਹਿਬ ਨੂੰ, ਅਤੇ ਆਹ ਦੇਖੋ ਬੱਸ ਸਟੈਂਡ ਦੇ ਨਾਲ ਹੀ ਖੁੰਜੇ ਵਿੱਚ ਕਿੰਨੀ ਜ਼ਿਆਦਾ ਗੰਦਗੀ ਪਈ ਹੈ। ਇਹ ਬੱਸ ਸਟੈਂਡ ਦੇ ਨਾਲ ਜਿਹੜਾ ਮੈਟਰੋ ਸਿਟੀ ਦਾ ਬੱਸ ਸਟੈਂਡ ਹੈ ਤੁਸੀਂ ਦੇਖ ਸਕਦੇ ਹੋ, ਮੈਟਰੋ ਬੱਸ ਸਟੈਂਡ ਦੇ ਵਿੱਚ ਵੀ ਬਹੁਤ ਜ਼ਿਆਦਾ ਗੰਦਗੀ। ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ। ਅਸੀਂ ਇਸ ਵੇਲੇ ਖੜ੍ਹੇ ਹਾਂ ਸ਼੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਧਰਤੀ ਸ਼੍ਰੀ ਹਰਿਮੰਦਰ ਸਾਹਿਬ ਵਿਖੇ, ਸ਼੍ਰੀ ਅੰਮ੍ਰਿਤਸਰ ਵਿਖੇ, ਅਤੇ ਤੁਹਾਨੂੰ ਦੱਸ ਦਈਏ ਕਿ ਇੱਥੇ ਮੈਟਰੋ ਬੱਸ ਸੇਵਾ ਵੀ ਚਲਾਈ ਗਈ ਹੈ। ਜਿਵੇਂ ਕਿ ਅਸੀਂ ਬੱਸ ਅੱਡੇ ਦੇ ਕੋਲ ਖੜ੍ਹੇ, ਨਾਲ ਹੀ ਮੈਟਰੋ ਬੱਸ ਅੱਡਾ ਹੈ। ਸੋ ਸਾਡੇ ਨਾਲ ਕੁਝ ਸਵਾਰੀਆਂ ਖੜੀਆਂ ਨੇ, ਅਸੀਂ ਪੁੱਛਣਾ ਚਾਹਾਂਗੇ ਕਿ ਉਹਨਾਂ ਨੂੰ ਇਹ ਜਿਹੜੀ ਮੈਟਰੋ ਬੱਸ ਸੇਵਾ ਕਿਵੇਂ ਲੱਗੀ। ਹਾਂਜੀ, ਮੈਟਰੋ ਬੱਸ ਸੇਵਾ ਕਿਵੇਂ ਲੱਗੀ? ਬਹੁਤ ਵਧੀਆ ਲੱਗੀ, ਬਹੁਤ ਵਧੀਆ, ਐਕਸਲੈਂਟ, ਬਹੁਤ ਵਧੀਆ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅੰਮ੍ਰਿਤਸਰ ਤੋਂ। ਠੀਕ ਹੈ, ਇੱਥੇ ਆਟੋ ਵੀ ਚੱਲ ਰਹੇ ਆ ਅਤੇ ਮੈਟਰੋ ਬੱਸ ਵੀ ਚੱਲ ਰਹੀ, ਤੁਹਾਨੂੰ ਦੋਨਾਂ ਵਿੱਚੋਂ ਜ਼ਿਆਦਾ ਕੰਫਰਟੇਬਲ ਕਿਹਦੇ ਲੱਗਦਾ? ਸੇਫਟੀ ਹੈ, ਆਟੋ 'ਚ ਸੇਫਟੀ ਨਹੀਂ ਹੈ, ਇਹਦੇ ਸੇਫਟੀ ਹੈ, ਨਾਲੇ ਪ੍ਰਦੂਸ਼ਣ ਨਹੀਂ ਹੈਗਾ। ਲੇਕਿਨ ਆਟੋ ਦਾ ਪਤਾ ਨਹੀਂ ਹੈਗਾ ਵੀ ਆਟੋ ਪਹੁੰਚਣਾ, ਨਹੀਂ 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 ਪਹੁੰਚਣਾ, ਇਹਦਾ ਪਤਾ ਨਾ ਵੀ ਇਹ ਤਾਂ ਬਹੁਤ ਜਾਣਾ ਆਪਣੇ ਇੱਥੇ। ਕੋਈ ਹੋਰ ਤਾਂ ਨਹੀਂ ਕਿਸੇ ਕਿਸਮ ਦਾ ਕਸ਼ਟ ਤੁਹਾਨੂੰ ਇੱਥੇ ਇਸ ਬੱਸ ਦੇ ਵਿੱਚ? ਨਹੀਂ, ਹੋਰ ਕੋਈ ਬਹੁਤ ਵਧੀਆ, ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ। ਬਾਕੀ ਆਟੋ ਦੀ ਵੀ ਦਿੱਕਤ ਬਹੁਤ ਹੈ ਕਿਉਂਕਿ ਕੰਮ ਲੱਗਦਾ ਨਹੀਂ ਆਉਂਦੇ, ਬਾਕੀ ਇਹਨੇ ਆਪਣੀ ਫੈਸਿਲਿਟੀ ਦਾ ਤੁਸੀਂ ਜਾਣਾ। ਇਹਦਾ ਜਿਹੜਾ ਕਿਰਾਇਆ ਆ ਆਟੋ ਦੇ ਕਿਰਾਏ ਦੇ ਨਾਲ
ਮੈਚ ਕਰਦਾ, ਬਿਲਕੁਲ ਮੈਚ ਕਰਦਾ, ਕਿਰਾਏ ਦੀ ਗੱਲ ਨਹੀਂ ਹੈ, ਸੇਫਟੀ ਹੋਣੀ ਚਾਹੀਦੀ, ਸੇਫਟੀ ਹੋਣੀ ਚਾਹੀਦੀ। ਸੋ ਇਹਨਾਂ ਨੂੰ ਕਿਰਾਏ ਨਾਲ ਮਤਲਬ ਨਹੀਂ, ਆਟੋ ਦੇ ਵਿੱਚ ਸੇਫਟੀ ਨਹੀਂ, ਮੈਟਰੋ ਬੱਸ ਦੇ ਵਿੱਚ ਸੇਫਟੀ ਇਹਨਾਂ ਨੂੰ ਜ਼ਿਆਦਾ ਮਹਿਸੂਸ ਹੋ ਰਹੀ ਆ। ਪਰ ਅਸੀਂ ਦੇਖਾਂ ਕਿ ਮੈਟਰੋ ਬੱਸ ਦੇ ਬੱਸ ਸਟੈਂਡ ਦੇ ਨਾਲ ਗੰਦ ਵੀ ਬੜਾ ਪਿਆ ਆ ਕੋਰਨਰ ਦੇ ਵਿੱਚ, ਇਹਦੇ ਬਾਰੇ ਕੀ ਕਹਿਣਾ ਚਾਹੋਗੇ, ਪ੍ਰਸ਼ਾਸਨ ਨੂੰ ਕੁਛ ਕਹਿਣਾ ਚਾਹੋਗੇ? ਇਹਦੇ ਸਰ ਤਾਂ ਇਹਨਾਂ ਨੂੰ ਚਾਹੀਦਾ ਨਾ, ਇੱਥੋਂ ਦੇ ਪੋਲੀਟੀਕਲ ਬੰਦਿਆਂ ਨੂੰ ਚਾਹੀਦਾ, ਜਿੱਥੋਂ ਦੇ ਜਿਹੜੇ ਮੇਅਰ ਹੈ, ਇੱਥੋਂ ਦੇ ਜੋ ਹੈਗੇ ਆ ਕਾਰਕਰਤਾ ਜਿਹੜੇ ਹੈਗੇ ਆ, ਜਿਹੜੇ ਜਿੱਤ ਕੇ ਗਏ ਆ, ਇਹਨਾਂ ਨੂੰ ਚਾਹੀਦਾ। ਤੁਸੀਂ ਦੇਖਿਆ ਆਲੇ ਦੁਆਲੇ ਤਾਂ ਗੰਦ ਪਿਆ ਬਹੁਤ, ਗੰਦ ਬਹੁਤ ਜ਼ਿਆਦਾ। ਸੋ ਜੇ ਇਹ ਸਫਾਈ ਹੋ ਜਾਵੇ ਮੈਟਰੋ ਬੱਸ ਸਟੈਂਡ ਦੇ ਨਾਲ, ਗੰਦ ਦੀ ਸਫਾਈ ਹੋ ਜਾਵੇ, ਅਤੇ ਇਹ ਸਮਝ ਲਓ ਕਿ ਬਾਹਰਲੇ ਦੇਸ਼ਾਂ ਦਾ ਮੁਕਾਬਲਾ ਵੀ ਇਹ ਸ਼ਹਿਰ ਜਿਹੜਾ ਅੰਮ੍ਰਿਤਸਰ ਸ਼ਹਿਰ ਕਰ ਸਕਦਾ ਹੈ। ਸੋ ਜਿਹੜਾ ਇੱਕ ਸੁਪਨਾ ਦੇਖਿਆ ਹੈ ਪ੍ਰਸ਼ਾਸਨ ਨੇ ਕਿ ਸਮਾਰਟ ਸਿਟੀ ਬਣਾਉਣ ਦਾ, ਬਣ ਜਾਏਗਾ, ਪਰ ਜਿੰਨੀ ਗੰਦਗੀ ਬੱਸ ਸਟੈਂਡ ਦੇ ਆਲੇ ਦੁਆਲੇ ਉਹਨੂੰ ਸਾਫ਼ ਕੀਤਾ ਜਾਵੇ, ਮੈਟਰੋ ਬੱਸ ਸਟੈਂਡ ਦੇ ਲਾਗੇ ਜਿਹੜੀ ਗੰਦਗੀ ਉਹਨੂੰ ਸਾਫ਼ ਕੀਤਾ ਜਾਵੇ। ਸੋ ਹਰਿਮੰਦਰ ਸਾਹਿਬ ਦੀ ਇਸ ਪਵਿੱਤਰ ਧਰਤੀ 'ਤੇ, ਅੰਮ੍ਰਿਤਸਰ ਸਾਹਿਬ ਦੀ ਇਸ ਪਵਿੱਤਰ ਧਰਤੀ 'ਤੇ ਜਿੱਥੇ ਆਪਾਂ ਗੁਰੂਆਂ ਨੂੰ ਲੱਖਾਂ ਸ਼ਰਧਾਲੂ ਬਾਹਰੋਂ ਵੀ ਆਉਂਦੇ ਨਤਮਸਤਕ ਹੋ ਕੇ, ਜਦੋਂ ਬੱਸ ਸਟੈਂਡ ਤੋਂ ਬਾਹਰ ਨਿਕਲਦੇ ਆ, ਟੋਏ ਟਿੱਬੇ ਦੇਖਦੇ ਆ, ਗੰਦਗੀ ਦੇਖਦੇ ਆ, ਕੋਈ ਅਨੁਸ਼ਾਸਨ ਨਹੀਂ, ਕੋਈ ਬੱਸ ਕਿੱਧਰੋਂ ਆ ਰਹੀ, ਕੋਈ ਆਟੋ ਕਿੱਧਰੋਂ ਆ ਰਿਹਾ, ਉਹਨਾਂ ਦਾ ਦਿਲ ਜ਼ਰੂਰ ਟੁੱਟਦਾ। ਸੋ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਕਿ ਜਿੰਨਾ ਵੀ ਇੱਥੇ ਦਾ ਵਾਤਾਵਰਣ ਆ ਉਹਨੂੰ ਸਹੀ ਕੀਤਾ ਜਾਵੇ। ਕੈਮਰਾਮੈਨ ਇੰਦਰਜੀਤ ਦੇ ਨਾਲ ਗੋਬਿੰਦ ਰਾਏ, ਕਾਨੂੰਨੀ ਸ਼ਿਕੰਜਾ। ਹਾਂਜੀ ਹਾਂਜੀ, ਕੋਈ ਨਹੀਂ, ਉਹਨਾਂ ਨੂੰ ਜਿਹੜਾ ਇਹ ਮੈਟਰੋ ਬੱਸ ਦਾ ਸਫ਼ਰ ਹੁੰਦਾ ਸੀ, ਜਿਸ ਤਰ੍ਹਾਂ ਇਹ ਅੱਜ ਕੱਲ੍ਹ ਇੰਡੀਆ ਦੇ ਵਿੱਚ ਰੇਪ ਕਾਂਡ ਵਗੈਰਾ ਹੋ ਰਹੇ ਆ, ਉਹਦੇ ਤੋਂ ਜ਼ਿਆਦਾ ਸੇਫਟੀ ਜਿਹੜੀ ਇਹ ਬੱਸ ਦੀ ਹੈ ਵਧਾ ਰਹੀ ਹੈ। ਇਹ ਰਾਤ ਕਿਤਨੀ ਦੇਰ ਤੱਕ?
ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਜਿੰਨਾ ਵੀ ਇੱਥੇ ਦਾ ਵਾਤਾਵਰਣ ਆ ਉਹਨੂੰ ਸਹੀ ਕੀਤਾ ਜਾਵੇ। ਕੈਮਰਾਮੈਨ ਇੰਦਰਜੀਤ ਦੇ ਨਾਲ ਗੋਬਿੰਦ ਰਾਏ, ਕਾਨੂੰਨੀ ਸ਼ਿਕੰਜਾ।